ਸਾਡੇ ਕੋਲ ਇਸ ਵੇਲੇ ਹੈ ਇਹ ਵਾਲੀ ਟਰਾਂਸਫਾਰਮਰ ਬੁੱਕ ਫਲਿੱਪ ਅਤੇ ਇਸ ਤੇ ਵਿੰਡੋਜ਼ 8.1 ਭਰਿਆ ਹੋਇਆ ਹੈ। ਇਸ ਤੇ ਅਸੀਂ ਹੁਣ ਪੰਜਾਬੀ ਯੂਨੀਕੋਡ ਕੀਬੋਰਡ ਭਰਾਂਗੇ। ਇਸ ਲਈ ਤੁਹਾਨੂੰ gurbani.files.org ਤੇ ਜਾਣਾ ਪਵੇਗਾ। ਉਸ ਤੋਂ ਬਾਅਦ ਇੱਥੇ ਯੂਨੀਕੋਡ ਇਨਫੋ ਫੌਂਟਸ ਕਲਿੱਕ ਕਰੋ ਅਤੇ ਥੱਲੇ ਜਾ ਕੇ ਕਸਟਮ ਕੀਬੋਰਡਸ ਦੇ ਵਿੱਚ ਤੁਸੀਂ ਆਪਣਾ ਮਨ ਭਾਉਂਦਾ ਅਨਮੋਲ ਲਿਪੀ ਜਾਂ ਡਾਕਟਰ ਚਾਤ੍ਰਿਕ ਡਾਊਨਲੋਡ ਕਰ ਸਕਦੇ ਹੋ। ਅਸੀਂ ਇੱਥੇ ਅਨਮੋਲ ਲਿਪੀ ਪੰਜਾਬੀ ਗੁਰਮੁਖੀ ਕੀਬੋਰਡ ਉਤਾਰਾਂਗੇ। ਇਸ ਲਈ ਡਾਊਨਲੋਡ ਤੇ ਕਲਿੱਕ ਕਰੋ ਅਤੇ ਫਾਈਲ ਉਤਰ ਗਈ ਹੈ। ਫਿਰ ਅਸੀਂ ਇੱਥੇ ਦੱਬਦੇ ਹਾਂ। ਇੱਥੇ ਫਾਈਲ ਐਕਸਪਲੋਰਰ ਦੀ ਚੋਣ ਕਰੋ ਅਤੇ ਫਿਰ ਇਹ ਫੋਲਡਰ ਖੋਲ੍ਹ ਲਓ ਅਤੇ ਦੁਬਾਰਾ ਇੱਥੇ ਕਲਿੱਕ ਕਰੋ ਅਤੇ ਸੈਟਅਪ 'ਤੇ ਦੋ ਵਾਰੀ ਦੱਬੋ। ਤੁਹਾਨੂੰ ਕੁਝ ਮਿੰਟ ਇੰਤਜ਼ਾਰ ਕਰਨਾ ਪਵੇਗਾ। ਅਤੇ ਜਿਵੇਂ ਕਿ ਤੁਸੀਂ ਇੱਥੇ ਥੱਲੇ ਦੇਖ ਰਹੇ ਹੋ ਇੱਥੇ ਸੂਚਨਾ ਆ ਗਈ ਹੈ। ਇੱਥੇ ਯੈਸ ਦੱਬ ਦਿਓ। ਅਤੇ ਇਹ ਸੂਚਨਾ ਆ ਗਈ ਹੈ ਕਿ ਕੀਬੋਰਡ ਭਰ ਗਿਆ ਹੈ। ਫਿਰ ਕਲੋਜ਼ ਦੱਬ ਦਿਓ। ਹੁਣ ਤੁਸੀਂ ਇੱਥੇ ਕਲਿੱਕ ਕਰਕੇ ਪੰਜਾਬੀ ਦੀ ਚੋਣ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬੀ ਕੀਬੋਰਡ ਇੱਥੇ ਭਰ ਗਿਆ ਹੈ। ਇੱਥੇ ਪੰਜਾਬੀ ਦੀ ਚੋਣ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਜਿਵੇਂ ਕਿ ਦੇਖ ਸਕਦੇ ਹੋ ਪੰਜਾਬੀ ਅੱਖਰ ਦਿਸਣ ਲੱਗ ਪਏ ਹਨ। ਪੰਜਾਬੀ ਕੀਬੋਰਡ ਦਿਸਣ ਲੱਗ ਪਿਆ ਹੈ ਅਤੇ ਜਦੋਂ ਤੁਸੀਂ ਇੱਥੇ ਬਦਲਦੇ ਹੋ ਅੰਗਰੇਜ਼ੀ ਅਤੇ ਇਹ ਅੰਗਰੇਜ਼ੀ ਹੋ ਜਾਵੇਗਾ ਅਤੇ ਪੰਜਾਬੀ ਕਹਿੰਦੇ ਪੰਜਾਬੀ ਅਤੇ ਇੱਥੇ ਦੱਬਣ ਦੇ ਅਤੇ ਦੱਦਾ ਕੱਗਾ ਹਾਹਾ ਅਤੇ ਤੁਸੀਂ ਵਿੰਡੋਜ਼ 8.1 ਤੇ ਪੰਜਾਬੀ ਲਿਖ ਸਕਦੇ ਹੋ, ਮਤਲਬ ਪੰਜਾਬੀ ਸਿੱਧਾ ਲਿਖ ਸਕਦੇ ਹੋ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਦੇਖ ਕੇ ਜੇਕਰ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੈ ਤਾਂ ਤੁਸੀਂ ਵੀਡੀਓ ਥੱਲੇ ਸੱਜੇ ਪਾਸੇ ਬਟਨ ਅੰਗੂਠਾ ਉੱਪਰ ਦੱਬ ਸਕਦੇ ਹੋ। ਭਵਿੱਖ ਵਿੱਚ ਆ ਰਹੀਆਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਬਾਰੇ ਜਾਣਕਾਰੀ ਲਈ ਤੁਸੀਂ jatsite.com ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਮਾਂ ਬੋਲੀ ਦੇ ਪ੍ਰਚਾਰ ਵਿਕਾਸ ਹੇਠ ਆਪਣੀ ਫੇਸਬੁੱਕ ਜਾਂ ਹੋਰ ਸੋਸ਼ਲ ਸਾਈਟ 'ਤੇ ਇਹ ਵੀਡੀਓ ਸਾਂਝੀ ਕਰ ਸਕਦੇ ਹੋ। ਨਿੱਜੀ ਤੌਰ 'ਤੇ ਕੀਬੋਰਡ ਤਿਆਰ ਕੀਤਾ ਗਿਆ ਹੈ ਪੰਜਾਬੀ ਯੂਨੀਕੋਡ ਦਾ। ਉਸ ਵਿੱਚ ਊੜਾ ਐੜਾ ਈੜੀ ਜਿੱਥੇ ਜਿੱਥੇ ਹਰੀ ਲਾਈਨ ਹੈ ਇਹਨਾਂ ਦੇ ਨਾਲ ਦੱਬਣ ਨਾਲ ਹੀ ਦਿਖਾਈ ਦੇਵੇਗੀ। ਇਸ ਵੀਡੀਓ ਵਿੱਚ ਤੁਹਾਨੂੰ ਪੰਜਾਬੀ ਕੀਬੋਰਡ ਪ੍ਰੋ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੰਜਾਬੀ ਵਰਡ ਪ੍ਰੋਸੈਸਰ ਮਤਲਬ ਅੱਖਰ 2010 ਕਿਵੇਂ ਉਤਾਰ ਸਕਦੇ ਹੋ ਅਤੇ ਭਰ ਸਕਦੇ ਹੋ ਅਤੇ ਬਿਨਾਂ ਪਾਸਵਰਡ ਦੇ ਮੁਫ਼ਤ ਕਿਵੇਂ ਵਰਤ ਸਕਦੇ ਹੋ ਅਤੇ ਭਰਨ ਸੰਬੰਧੀ ਹੋਰ ਜਾਣਕਾਰੀ ਤੁਹਾਨੂੰ ਦੱਸਾਂਗੇ।